ਆਪਾਂ ਚੈਪਟਰ 2 ਲੀਨੀਅਰ ਇਕੁਏਸ਼ਨ ਇਨ ਵਨ ਵੇਰੀਏਬਲ, ਮਤਲਬ ਇੱਕ ਚੱਲ ਵਾਲੇ ਰੇਖੀ ਸਮੀਕਰਨਾਂ ਦਾ 2.3 ਅਭਿਆਸ ਦਾ ਕਿੰਨਾ ਸਵਾਲ ਕਰਨਾ ਹੈ? ਕੱਲ ਆਪਾਂ ਇੱਕ ਸਵਾਲ ਕੀਤਾ ਸੀ, ਹੁਣ ਇਸ ਦੂਜੇ ਸਵਾਲ ਨੂੰ ਕਰਨ ਦੇ ਕਿੰਨੇ ਤਰੀਕੇ ਹੈ? ਪਹਿਲਾ ਤਰੀਕਾ, ਜਿਹੜਾ ਆਪਾਂ ਪਹਿਲੇ ਸਵਾਲ ਚ ਤਰੀਕਾ ਲਾਇਆ ਸੀ, ਉਹ ਪਹਿਲਾ ਤਰੀਕਾ ਕੀ ਹੈ ਕਿ ਇਹ 2-2 ਰੱਖਣਾ ਦੋਵੇਂ ਪਾਸੇ, ਤਾਂ ਇਹਨਾਂ ਉੱਪਰ ਤਿੱਤਲੀ ਵਾਲਾ ਤਰੀਕਾ ਲਾਓ। ਜਦੋਂ ਤਿੱਤਲੀ ਵਾਲਾ ਤਰੀਕਾ ਬਟਰਫਲਾਈ ਮੈਥਡ ਲਾਤਾ, ਉਸ ਤੋਂ ਬਾਅਦ ਇੰਗਲਿਸ਼ ਵੇਰੀਏਬਲ ਅੰਗਰੇਜ਼ੀ ਅੱਖਰ ਵਾਲੀਆਂ ਰਕਮਾਂ ਇੱਕ ਪਾਸੇ ਰੱਖੋ, ਤੇ ਬਿਨਾਂ ਅੰਗਰੇਜ਼ੀ ਅੱਖਰ ਵਾਲੀਆਂ ਕੌਨਸਟੈਂਟ ਰਕਮਾਂ ਇੱਕ ਇੱਕ ਪਾਸੇ ਅਲੱਗ ਅਲੱਗ ਕਰ ਦੋ, ਤੇ ਅੱਗੇ ਜਵਾਬ ਆ ਜਾਏ। ਠੀਕ ਹੈ, ਇਹ ਕਿੰਨਾ ਤਰੀਕਾ ਹੈ? ਪਹਿਲਾ, ਜਿਹੜਾ ਆਪਾਂ ਪਹਿਲੇ ਕੁਐਸਚਨ ਚ ਵੀ ਕੀਤਾ ਸੀ। ਹੁਣ ਤਰੀਕਾ ਹੈਗਾ ਦੂਜਾ, ਉਹ ਕੀ ਹੈ ਕਿ ਇਹਦੇ ਚ ਦੇਖੋ ਆਹ ਰਕਮ ਅਲੱਗ ਲਿਖੀ ਹੈ, ਆਹ ਰਕਮ ਅਲੱਗ ਹੈ, ਆਹ ਰਕਮ ਅਲੱਗ ਹੈ ਤੇ ਆਹ ਰਕਮ ਅਲੱਗ ਅਲੱਗ ਹੈ ਨਾ। ਹੁਣ ਇਹਨਾਂ ਚ ਸਾਫ ਇੰਗਲਿਸ਼ ਵੇਰੀਏਬਲ ਵਾਲੀਆਂ ਰਕਮਾਂ ਤੇ ਬਿਨਾਂ ਇੰਗਲਿਸ਼ ਵੇਰੀਏਬਲ ਵਾਲੀਆਂ ਰਕਮਾਂ ਅਲੱਗ ਅਲੱਗ ਸਾਫ ਦਿਖਦੀਆਂ ਪਈਆਂ ਨਾ, ਦਿਖਦੀਆਂ ਪਈਆਂ, ਤਾਂ ਤੁਸੀਂ ਪਹਿਲਾਂ ਹੀ ਅਲੱਗ ਕਰ ਲਓ। ਤੁਸੀਂ ਜਿਹੜਾ ਤਰੀਕਾ ਕਹੋਗੇ ਆਪਾਂ ਉਹੀ ਤਰੀਕਾ ਲਾਵਾਂਗੇ, ਦੋਵੇਂ ਤਰੀਕੇ ਸਹੀ ਹੈ, ਜਵਾਬ ਦੋਵਾਂ ਤਰੀਕਾ ਨਾਲ ਆਨਸਰ ਬਿਲਕੁਲ ਸੇਮ ਆਊ, ਬਸ ਗਲਤੀ ਨਹੀਂ ਹੋਣੀ ਚਾਹੀਦੀ। ਇਹ ਹੈ ਬੱਚੇ ਕੀ ਗਲਤੀ ਕਰਦੇ ਕਿ ਜਦੋਂ ਆਪਾਂ ਐਵੇਂ ਹੀ ਪਹਿਲਾ ਤਰੀਕਾ ਲਾਉਂਦੇ ਹਾਂ, ਬਟਰਫਲਾਈ ਮੈਥਡ ਲਾਉਂਦੇ ਹਾਂ, ਤਾਂ ਉਹਦੇ ਚੋਂ ਘਟਾਓ ਕਰਨ ਲੱਗ ਜਾਂਦੇ ਆ। ਜਦਕਿ ਘਟਾਓ ਨਹੀਂ ਕਰ ਸਕਦੇ ਜਾਂ ਜੋੜ ਨਹੀਂ ਕਰ ਸਕਦੇ, ਕਿਉਂ? ਆਹ ਵੇਰੀਏਬਲ ਵਾਲੀ ਰਕਮ ਹੈ, ਆਹ ਬਿਨਾਂ ਵੇਰੀਏਬਲ ਵਾਲੀ ਹੈ, ਫਿਰ ਇਹ ਜੋੜ ਘਟਾਓ ਨਹੀਂ। ਇਸ ਤੋਂ ਬਚਣ ਲਈ ਕਈ ਬੱਚੇ ਦੂਜਾ ਤਰੀਕਾ ਲਾਉਂਦੇ ਆ, ਦੂਜੇ ਨੰਬਰ ਵਾਲਾ ਤਰੀਕਾ। ਕਿਵੇਂ? ਆਪਾਂ ਇੱਥੇ ਉਹ ਵੀ ਕਰਦੇ, ਠੀਕ ਹੈ? ਜਿਹਨੇ ਪਹਿਲੇ ਨੰਬਰ ਵਾਲਾ ਤਰੀਕਾ ਵੀ ਸਮਝਣਾ ਹੋਇਆ ਮੈਨੂੰ ਦੱਸ ਦਿਓ, ਵੀ ਸਮਝਾ ਦਿਓ, ਠੀਕ ਹੈ? ਹੁਣ ਦੂਜੇ ਤਰੀਕੇ ਚ ਪਹਿਲਾਂ ਪਾਇਆ ਬਰਾਬਰ ਇਕੁਅਲ ਟੂ ਦਾ ਸਾਈਨ, ਹੁਣ ਇੰਗਲਿਸ਼ ਵੇਰੀਏਬਲ ਕਿਹੜਾ ਵਰਤਿਆ? ਐਲ। ਇੰਗਲਿਸ਼ ਵੇਰੀਏਬਲ ਅੰਗਰੇਜ਼ੀ ਅੱਖਰ ਕਿਹੜਾ ਵਰਤਿਆ ਇੱਥੇ? ਐਲ। ਕੋਈ ਵੀ ਹੋ ਸਕਦਾ, ਕਈਆਂ ਜੈਕਸ ਹੁੰਦਾ, ਕਈਆਂ ਚ ਬਾਈ ਹੁੰਦਾ, ਕੁਛ ਵੀ ਹੋ ਸਕਦਾ, ਇੱਥੇ ਐਲ। ਹੁਣ ਐਲ ਵਾਲੀਆਂ ਜਿੰਨੀਆਂ ਵੀ ਰਕਮ ਹੈ ਸਾਰਿਆਂ ਨੂੰ ਇੱਕ ਪਾਸੇ ਲਿਖਣਾ, ਬਿਨਾਂ ਐਲ ਵਾਲੀਆਂ ਰਕਮਾਂ ਨੂੰ ਇੱਕ ਪਾਸੇ। ਇੰਨੀ ਗੱਲ ਸਮਝ ਲੱਗ ਗਈ? ਪੱਕੀ ਗੱਲ ਹੈ ਮਨਪ੍ਰੀਤ? ਪਹਿਲੀ ਐਲ ਵਾਲੀ ਰਕਮ ਕੋਈ ਵੀ ਦੱਸ ਦੇ। ਐਲ ਬਟਾ 2, ਵੈਰੀ ਗੁੱਡ। ਹੁਣ ਐਲ ਬਟਾ 2 ਦਰਸ਼ ਕਿਹੜੇ ਪਾਸੇ ਲਿਖੀ ਹੋਈ ਹੈ? ਪਹਿਲਾਂ ਇੱਧਰਲੇ ਪਾਸੇ ਕਿ ਇੱਧਰ? ਇੱਧਰਲੇ ਪਾਸੇ ਪਹਿਲਾਂ ਹੀ ਲਿਖੀ ਹੈ, ਤਾਂ ਆਪਾਂ ਉਹਨੂੰ ਲਿਖਣ ਲਈ ਉਸੇ ਪਾਸੇ ਹੀ ਲੱਗੇ ਆ, ਆਪਾਂ ਤਾਂ ਪਾਸਾ ਬਦਲਿਆ ਨਹੀਂ, ਤਾਂ ਫਿਰ ਉਹਦਾ ਕੁਛ ਨਹੀਂ ਬਦਲਣਾ, ਨਿਸ਼ਾਨ ਨਿਸ਼ੂਨ ਆਪਾਂ ਕੁਛ ਨਹੀਂ ਬਦਲਣਾ। ਅੱਛਾ ਗਗਨ, ਐਲ ਬਟੇ 2 ਹੋ ਗਈ, ਹੋਰ ਕੋਈ ਐਲ ਵਾਲੀ ਰਕਮ ਕਿਹੜੀ ਹੈ ਬੇਟਾ? ਬੋਲਿਆ ਐਲ ਬਟਾ 3, ਬੈਠੋ। ਹੁਣ ਯੁੱਧਵੀਰ, ਐਲ ਬਟਾ 3 ਬੇਟਾ ਇੱਧਰਲੇ ਪਾਸੇ ਲਿਖੀ ਹੈ, ਆਪਾਂ ਇੱਧਰ ਲੈ ਕੇ ਆਉਣੀ ਹੈ, ਤਾਂ ਆਪਾਂ ਉਹਦਾ ਕੀ ਬਦਲਾਂਗੇ? ਨਿਸ਼ਾਨ, ਵੈਰੀ ਗੁੱਡ। ਇੱਥੇ ਕਿਹੜਾ ਸਾਈਨ ਹੈ? ਪਲੱਸ। ਜਿਸ ਰਕਮ ਅੱਗੇ ਪਲੱਸ ਮਾਈਨਸ ਵਿੱਚੋਂ ਕੋਈ ਨਿਸ਼ਾਨ ਨਾ ਹੋਵੇ ਤਾਂ ਕਿਹੜਾ ਸਾਈਨ ਮੰਨਣਾ ਹੈ? ਹੁਣ ਇਹ ਪਲੱਸ ਵਾਲੀ ਨੂੰ ਜਦੋਂ ਸਾਈਡ ਬਦਲਣੀ ਹੈ, ਲਿਖੀ ਇੱਧਰ ਸੀ, ਹੁਣ ਪਾਸੇ ਇੱਧਰ ਬਦਲ ਕੇ ਇੱਧਰ ਲਿਖਣ ਲੱਗੇ, ਤਾਂ ਉਹਦਾ ਕੀ ਬਦਲਦਾ? ਜੇ ਪਲੱਸ ਹੈ ਤਾਂ ਮਾਈਨਸ ਕਰ ਦੇਣਾ, ਜੇ ਮਾਈਨਸ ਹੈ ਤਾਂ
ਹੁਣ ਐਲ ਵਾਲੀ ਕੋਈ ਹੋਰ ਰਕਮ ਹੈਗੀ ਹੈ? ਹੁਣ ਬਿਨਾਂ ਐਲ ਵਾਲੀਆਂ ਉਹਨੂੰ ਇੱਕ ਲਿਖਾਂਗੇ। ਸੰਤੋਖ ਬਿਨਾਂ ਐਲ ਵਾਲੀ ਕੋਈ ਵੀ ਰਕਮ ਹੋਰ ਕਿਹੜੀ ਹੈ? ਇੱਕ ਵਟਾ ਪੰਜ। ਹੁਣ ਇਹਨੇ ਇੱਕ ਵਟਾ ਪੰਜ ਵੀ ਜਾਰੀ। ਹੁਣ ਇੱਕ ਵਟਾ ਪੰਜ ਮਨਿੰਦਰ ਇੱਧਰਲੇ ਪਾਸੇ ਲਿਖੀ ਹੈ ਕਿ ਇੱਧਰਲੇ ਪਾਸੇ? ਇੱਕ ਵਟਾ ਪੰਜ ਧਿਆਨ ਦੇ ਕਿਹੜੇ ਪਾਸੇ ਲਿਖੀ ਹੈ? ਮੇਰੇ ਹੱਥ ਦੇ ਇੱਧਰਲੇ ਪਾਸੇ ਕਿ ਇੱਧਰਲੇ? ਇੱਧਰਲੇ ਲਿਖੀ ਹੈ ਨਾ, ਤਾਂ ਆਪਾਂ ਹੁਣ ਲੈ ਕੇ ਕਿਹੜੇ ਪਾਸੇ ਜਾਣੀ ਹੈ? ਤਾਂ ਕੀ ਬਦਲਾਂਗੇ? ਜਦੋਂ ਪਾਸਾ ਬਦਲਣਾ ਤਾਂ ਨਾਲ ਆਉਂਦਾ ਨਿਸ਼ਾਨ ਬਦਲਣਾ। ਹੁਣ ਇੱਥੇ ਕਿਹੜਾ? ਅੱਛਾ ਰਜਿੰਦਰ, ਇਸ ਇੱਕ ਵਟੇ ਪੰਜ ਤੋਂ ਇਲਾਵਾ ਕੋਈ ਹੋਰ ਰਕਮ ਬਿਨਾਂ ਐਲ ਵਾਲੀ? ਇੱਕ ਵਟੇ ਚਾਰ। ਵੈਰੀ ਗੁੱਡ ਮਨਪ੍ਰੀਤ, ਇੱਕ ਵਟੇ ਚਾਰ ਹੈ ਨਾ ਬੇਟਾ? ਤੂੰ ਇਹਦਾ ਇਹ ਇਸੇ ਪਾਸੇ ਲਿਖੀ ਹੋਈ ਹੈ, ਇਸੇ ਪਾਸੇ ਆਪਾਂ ਲਿਖਣੀ ਹੈ, ਤਾਂ ਇਹਦਾ ਕੁਛ ਬਦਲੂਗੀ? ਨਹੀਂ, ਜਿਹੜੇ ਪਾਸੇ ਲਿਖੀ ਹੈ ਉਸੇ ਪਾਸੇ ਲਿਖਦੀ ਪਈ ਹੈ, ਤਾਂ ਇਹਦਾ ਮੈਂ ਨਿਸ਼ਾਨ ਨਹੀਂ ਬਦਲਣਾ। ਹੁਣ ਐਲ ਵਾਲੀਆਂ ਰਕਮਾਂ ਇੱਕ ਪਾਸੇ, ਬਿਨਾਂ ਐਲ ਵਾਲੀਆਂ ਇੱਕ ਪਾਸੇ। ਹੁਣ ਇੱਥੇ ਤੀਜੀ ਵਾਲਾ ਤਰੀਕਾ ਬਟਰਫਲਾਈ ਮੈਥਡ, ਜਿਹੜਾ ਆਪਾਂ ਪਹਿਲੇ ਸਵਾਲ ਚਲਾਇਆ ਸੀ ਉਹੀ ਲਾਉਂਦੇ। ਪਹਿਲਾਂ ਨਾਈਨ, ਹੁਣ ਐਲ ਦੇ ਕੇ ਕੋਈ ਨੰਬਰ ਪਾਇਆ? ਕੁਛ ਨੀ ਕਰਨਾ, ਸਿਰਫ ਲਿਖੀ ਜਾਣਾ ਜਿੱਥੇ ਲਿਖਿਆ ਹੋਇਆ। ਉਸ ਬਾਅਦ ਦੋ ਤੀਆ ਸਿਕਸ, ਅੱਗੇ ਬਰਾਬਰ, ਇੱਥੇ ਵੀ ਲਾਈਨ ਮਾਰੀ, ਇੱਕ ਚੌਕਾ ਚੌਕਾ, ਅੱਗੇ ਪਲੱਸ ਵਨ ਫਾਈਵ ਦਾ ਫਾਈਵ, ਫਾਈਵ ਫੋਰ ਦਾ ਫਾਈਵ। ਅੱਛਾ ਹੁਣ ਏਕਮ ਦੱਸ ਬੇਟਾ ਕੀ ਜਵਾਬ ਹੋ, ਕੀ ਕਰਨਾ? ਘਟਾਓ ਕਰਨੀ ਹੈ। ਤਿੰਨ ਐਲ ਮਾਈਨਸ ਦੋ ਐਲ ਬੇਟਾ ਕਿੰਨਾ ਹੋਊਗਾ? ਜੇ ਮੋਹਨ ਬੈਠ ਜਾਏ ਤਾਂ ਤਿੰਨ ਐਲ ਮਾਈਨਸ ਦੋ ਐਲ ਕਿੰਨਾ? ਘਟਾਓ ਕਰਕੇ ਜਵਾਬ ਹੋਊਗਾ ਇੱਕ ਨਾਲ ਐਲ ਵੀ, ਤਿੰਨ ਤੋਂ ਦੋ ਘਟਾਣੀ ਹੈ, ਐਲ ਨੂੰ ਕੁਛ ਨੀ ਕਰਨਾ, ਜਿਵੇਂ ਮੈਂ ਕਿਹਾ ਐਲ ਉਵੇਂ ਆਉਣੀ। ਤਿੰਨਾਂ ਤੋਂ ਦੋ ਘਟਾਏ ਇੱਕ ਵਟੇ ਛੇ ਹੋਵੇ ਨਾ, ਉਹ ਕਰ ਦੇਣਾ। ਅੱਛਾ ਅਰਸ਼ ਬੇਟਾ ਇੰਗਲਿਸ਼ ਦੇ ਜਵਾਬ, ਨੌ ਚਾਰ ਪਲੱਸ ਪੰਜ ਨੌ ਵਟੇ। ਹੁਣ ਮੇਨ ਗੱਲ ਇੱਥੇ ਇੰਗਲਿਸ਼ ਵੇਰੀਏਬਲ ਐਲ ਹੈ ਨਾ, ਉਹਦੇ ਨਾਲ ਵਾਲੀ ਰਕਮ ਨੂੰ ਆਪਾਂ ਦੂਜੇ ਪਾਸੇ ਲੈ ਕੇ ਜਾਣਾ ਹੈ, ਇੱਧਰਲੀ ਰਕਮ ਨੂੰ ਨਹੀਂ ਛੇੜਨਾ। ਜਿੱਧਰਲੇ ਪਾਸੇ ਇੰਗਲਿਸ਼ ਵੇਰੀਏਬਲ ਅੰਗਰੇਜ਼ੀ ਅੱਖਰ ਲੱਗਿਆ, ਉਹਦੇ ਨਾਲ ਵਾਲੇ ਨੰਬਰ ਛੇੜਨੇ ਆ, ਦੂਜਿਆਂ ਨੂੰ ਛੇੜਨਾ। ਹੁਣ ਇੱਧਰ ਲਿਖਣ ਲੱਗੀ ਆ, ਇੱਕ ਵਾਰ ਪਾ ਕੇ ਰਕਮ ਲਿਖਣ ਲੱਗੀ ਆ, ਬਾਕੀ ਲਿਖਣਾ ਨਾ ਹੋਵੇ, ਠੀਕ ਹੈ ਜੀ। ਹੁਣ ਇੱਧਰ ਵੀ ਬਰਾਬਰ ਪਾ ਕੇ ਨੌ ਵਟੇ ਵੀ ਉਵੇਂ ਲਿਖਾਂ ਨੂੰ ਕੁਛ ਨੀ ਕੀਤਾ। ਐਲ ਦੇ ਨਾਲ ਕਿੰਨਾ ਲਿਖਿਆ? ਉੱਪਰ ਲਿਖਿਆ ਕਿ ਥੱਲੇ? ਉੱਪਰ। ਦੂਜੇ ਪਾਸੇ ਥੱਲੇ। ਹੁਣ ਆ ਛੇ ਕਿੱਥੇ ਲਿਖਿਆ ਸੀ? ਦੂਜੇ ਪਾਸੇ ਉੱਪਰ। ਇੱਥੇ ਕੀ ਰਹਿ ਗਿਆ? ਕੱਲਾ ਐਲ। ਹੁਣ ਇਹਨੂੰ ਪਹਾੜਿਆਂ ਤੇ ਕੱਟਣਾ ਆਉਂਦਾ, ਟੇਬਲ ਤੇ ਕੱਟ ਕਰ ਦੋ, ਨਹੀਂ ਤਾਂ ਉਹੀ ਗੁਣਾ ਕਰਕੇ ਲਿਖੋ। ਮੈਨੂੰ ਕੱਟਣਾ ਆਉਂਦਾ, ਦੋ ਦੇ ਪਹਾੜੇ ਤੇ ਵੀਹ ਕਿੰਨੇ ਨੰਬਰ ਤੇ? ਕੋਈ ਪ੍ਰੋਬਲਮ ਪਹਿਲੇ ਇਸ ਵਾਰ ਕਿਸੇ ਨੂੰ? ਕੋਈ ਪ੍ਰੋਬਲਮ? ਕੋਈ ਪ੍ਰੋਬਲਮ?